चांस मिले किसी सेलिब्रिटी नू डेट करन दा। अच्छा। छड़ो जो भी। हैं? या। उन्हें भी फिल्मा देख दो, सारी फिल्मा देख दो। मैं देख रहा हूँ। बस उन्हें देख रहा हूँ मैं। ओ ही नाम सी जी नू स्टॉक कर दे सी, पता लग गया मैंने बस। बागो बाग सुरीली भी थोनू वेख के एकदम कैंट होगी। मैं ना थोड़ी जी सिद्धी हाँ, तो जो भी गल दिल हुंदी है ना ठा दे के कह दिंदी हाँ। अज दी टेप तुहाडे नाम, तैयार हो फिर मेरी टेप च रिकॉर्ड होने लई? तैयार हां। वन वर्ड दैट डिस्क्राइब्स जस्सा ढिल्लों द बेस्ट। वन वर्ड, सिंपल, सोबर। इन्ने सिंपल गाने तो तुहाडे इन्ने कैंट कैंट धाकड़ जी हुंदे आ। उह तां फीलिंग हुंदी आ चकली दी कदे कदे। अच्छा, एक आर्टिस्ट मैनू दस दो जिन्हों तुसी पूरा टाइम दिन रात हर टाइम सुन सकदे हो। नुसरत फतेह अली खान। सब तो फेवरेट गाना किहड़ा उहनां दा? काफी गाने उहनां दे, एक गाना नहीं हैगा, काफी गाने उहनां दे। एक ऐसा जिस गाने नाल तुसी बहुत ज्यादा रातां या दिन बिताते हो? रातां दिन दोवें इकट्ठे। हां, दूल्हे का सेहरा कैंट लगदा उहनां दा। मैनूं वी बड़ा सोहणा लगदा। मैं भी ऑन रिपीट सुनदी हां उहनां दे गाने, पता तुहानूं? मैनूं नहीं सी पता। सुरीली तुहाडे वर्गी है काफ़ी हद तक। सुनाओ हाँ गाना। हाय, काश मैं थोड़े वर्गा वधिया गा सकती हुंदी। अच्छा चलो, यार इंस्टाग्राम चलाने हो ना तुसी? हाँ, मेरी आईडी भी हैगी यार, तुसी देखी नहीं? कर दी हाँ मैं फॉलो, तुसी फॉलो बैक ही नहीं किया, कर दूँगी फॉलो बैक जब जाऊँगी। पहला कर लिए कुछ शेयर कर दें यार। अच्छा, इंस्टाग्राम से यार मैनू बड़े वियर्ड डीएम्स आते हैं कदे कदे, तुहानू भी कदे इदां वियर्ड जी डीएम आते हैं इंस्टाग्राम से? मैं तो बहुत वियर्ड आते हैं। ਮੈਨੂੰ ਦੱਸੋ ਯਾਰ, ਸਭ ਤੋਂ ਵੀਅਰਡ ਡੀਐਮ ਕਿਹੜਾ ਆਇਆ ਅੱਜ ਤੱਕ? ਮੈਨੂੰ ਵੀਅਰਡ ਕਹਿੰਦੇ ਮੇਰੇ ਫੋਨ 'ਚੋਂ ਬਾਹਰ ਆ ਜਾ। ਹੈਂ ਯਾਰ, ਅਤੇ ਮਤਲਬ ਕੀ ਗੱਲ ਪੂਰੀ ਕੀ ਹੋਈ ਸੀ? ਗੱਲ ਨਹੀਂ ਦੱਸ ਸਕਦਾ ਮੈਂ। ਚਲੋ ਕੋਈ ਨਹੀਂ। ਅੱਛਾ, ਕੋਈ ਇੱਕ ਰੂਮਰ ਦੱਸੋ ਜੋ ਤੁਹਾਡੇ ਨਾਮ ਉੱਤੇ ਫੈਲਿਆ ਹੋਵੇ, ਕੋਈ ਅਫਵਾਹ ਇੱਦਾਂ ਦੀ ਫੈਲੀ ਹੈ ਕਦੇ, ਕੋਈ ਇੱਦਾਂ ਜਿਹੜੀ ਉੱਡਦੀ ਉੱਡਦੀ ਤੁਹਾਡੇ ਤੱਕ ਹੀ ਆ ਗਈ? ਯਾਰ, ਕਿਹੜੀ ਸੀ? ਜੱਸਾ ਢਿੱਲੋਂ ਕਹਿੰਦੇ ਸ਼ਰਾਬ ਬੜੀ ਪੀਂਦਾ। ਹੋਏ, ਤੁਸੀਂ ਪੀਂਦੇ? ਨਹੀਂ, ਨਹੀਂ ਵੀ ਪੀਂਦਾ ਮੈਂ। ਘੱਟ ਪੀਂਦੇ? ਜ਼ਿਆਦਾ ਨਹੀਂ ਪੀਂਦੇ। ਅੱਛਾ, ਹੁਣ ਤੱਕ ਦਾ ਵੀਅਰਡੈਸਟ ਫੈਨ ਮੂਮੈਂਟ ਜਿਹੜਾ ਕਦੇ ਨਹੀਂ ਭੁੱਲ ਸਕਦੇ? ਕਾਫੀ ਨੇ ਫੈਨ ਮੂਮੈਂਟ ਤਾਂ। ਇੱਕ ਸੀਗਾ, ਮੈਂ ਇੱਥੇ ਸੀਗਾ ਚੰਡੀਗੜ੍ਹ, ਅਤੇ ਮੈਂ ਗੱਡੀ 'ਚ ਬੈਠਾ ਹਾਂ, ਅਤੇ ਕਹਿੰਦਾ ਮੈਂ ਮਜ਼ਾਕ ਆ ਮੂਡ 'ਚ ਹੀ, ਹੈ ਨਾ, ਕਹਿੰਦਾ ਜੱਸਾ ਢਿੱਲੋਂ, ਹੈ ਨਾ? ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਤਾਂ ਨਹੀਂ ਹੈਗਾ। ਕਹਿੰਦਾ ਹਵਾ ਕਰਨਾ, ਕਹਿੰਦਾ ਹੁਣੇ ਅਨਫੋਲੋ ਕਰ ਦਿੰਦੇ। ਉਹਨੇ ਮੈਨੂੰ ਅਨਫੋਲੋ ਕਰਤਾ। ਹੋਰ ਕਾਫੀ ਹੈ, ਇੱਕ ਵਾਰੀ ਮੌਲ ਦੇ ਵਿੱਚ ਕੁੜੀ ਭੱਜੀ ਭੱਜੀ ਆਈ ਛੋਟੀ ਜਿਹੀ, ਸ਼ੀ ਜੰਪ ਉਹਨੂੰ, ਮੈਨੂੰ ਵੀ ਡੇਗਤਾ, ਉਹਨੇ ਆਪ ਵੀ ਡਿੱਗ ਪਈ। ਕਿੰਨਾ ਟਾਈਮ ਰੀਲਸ ਵੇਖਣ 'ਚ ਕੱਢ ਦਿੰਦੇ ਹੋ? ਬੰਦਾ ਲੰਘ ਜਾਂਦਾ ਕਈ ਵਾਰੀ, ਦੋ ਤਿੰਨ ਘੰਟੇ। ਦੋ ਤਿੰਨ ਘੰਟੇ ਰੀਲਸ? ਯਾਰ, ਇਟਸ ਵੈਰੀ ਵੈਰੀ ਐਡਿਕਟਿਵ। ਅੱਛਾ, ਤੁਸੀਂ ਸਟ੍ਰੀਕਸ ਬਣਾਉਂਦੇ ਹੋ ਸਨੈਪਚੈਟ 'ਤੇ? ਬਣਾਉਂਦੇ ਹਾਂ, ਪਰ ਹਰੇਕ ਨਾਲ ਨਹੀਂ। ਹਾਈਐਸਟ ਸਟ੍ਰੀਕ ਸਕੋਰ ਕੀ ਹੈ ਤੁਹਾਡਾ? 500। Damn, that's good. Most recently, kinu stalk kita? Most recently... Naam ta aagya tade dimag te, bas dassna nahi chahunde tusi. Main most recently kinu stalk kita? Ek ek chhaddo jo hi. Hun ta dassna padna. ਹੁਣ ਤਾਂ ਦੱਸਣਾ ਪੈਣਾ। ਨਹੀਂ ਨਹੀਂ, ਐਂ ਦੱਸਣਾ ਹੈ। ਦੱਸ ਦੋ ਕਿਹਨੂੰ ਕੀਤਾ ਸੀ ਸਟਾਕ? ਦੱਸਣਾ ਨਹੀਂ ਹੈਗਾ। ਪੱਕਾ ਸੁਰੀਲੀ ਕਿਸੇ ਨੂੰ ਨਹੀਂ ਦੱਸੂਗੀ? ਨਹੀਂ, ਪ੍ਰੋਮਿਸ। ਸੁਰੀਲੀ ਸਾਰਿਆਂ ਨੂੰ ਦੱਸੋਗੀ? ਮੈਨੂੰ ਪਤਾ ਨਹੀਂ ਦੱਸਦੀ, ਨਹੀਂ ਦੱਸਦੀ, ਟੇਪ ਆਪਣੇ ਕੋਲ ਸਾਂਭ ਕੇ ਰੱਖ ਲਈ। ਮੈਂ ਤੈਨੂੰ ਆਫ ਕੈਮਰਾ ਦੱਸੂਗਾ। ਅੱਛਾ, ਯਾਰ ਬੇਲੀ ਹੋਣ ਦਾ ਇੱਕ ਫਾਇਦਾ ਤੇ ਇੱਕ ਨੁਕਸਾਨ ਦੱਸੋ ਮੈਨੂੰ। ਯਾਰ ਬੇਲੀ ਹੋਣ ਦਾ ਇੱਕ ਫਾਇਦਾ, ਤੁਹਾਡੇ ਨਾਲ ਰਹਿੰਦੇ ਨੇ, ਤੁਸੀਂ ਖੁਸ਼ ਰਹਿੰਦੇ ਹੋ। ਨੁਕਸਾਨ ਇਹ ਹੈ ਕਿ ਨੁਕਸਾਨ ਇਹ ਆ ਕਿ ਤੁਹਾਨੂੰ ਧੱਗੇ ਨਾਲ ਕਹਿੰਦੇ ਨੇ ਵੀ ਆਹ ਕੰਮ ਕਰ, ਧੱਕਾ ਕਰਦੇ ਤੁਹਾਡੇ ਨਾਲ, ਤੁਹਾਨੂੰ ਫੋਰਸ ਥੋੜ੍ਹੀ ਗਈ ਕੰਮ ਕਰਾਉਂਦੇ ਆ ਵੀ ਆਹ ਕੰਮ ਕਰ 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 ਕਰ। ਤੁਹਾਨੂੰ ਵਧੀਆ ਲੱਗਦਾ? ਲੱਗਦਾ ਵਧੀਆ, ਬਟ ਹਰੇਕ ਵੇਲੇ ਨਹੀਂ, ਕਈ ਵਾਰੀ ਨਹੀਂ ਦਿਲ ਕਰਦਾ। ਫਿਰ ਉਹ ਤਾਂ ਤੁਹਾਡੇ ਦੋਸਤ ਨੇ ਕਹਿ ਦਿਆ ਕਰੋ, ਦਬਕਾ ਦਿਆ ਕਰੋ, ਨਹੀਂ ਬਾਈ ਮੈਂ ਨਹੀਂ ਕਰਨਾ। ਉਹ ਮੈਨੂੰ ਦਬਕਾ ਦਿੰਦੇ ਆ। ਅੱਛਾ, ਯਾਰਾਂ ਨਾਲ ਜਦ ਗੇੜੀ ਰੋਡ 'ਤੇ ਜਾਂਦੇ ਹੋ, ਕਿੱਦਾਂ ਦੇ ਗਾਣੇ ਸੁਣਨਾ ਪਸੰਦ ਕਰਦੇ ਹੋ? ਮੈਂ ਪੋਜ਼ਿਟਿਵ ਸੁਣਦਾ ਵਾਂ, ਮੇਰੇ ਯਾਰ ਬੇਲੀ ਹੋਰ ਤਰ੍ਹਾਂ ਦੇ ਗਾਣੇ ਸੁਣਦੇ ਆ। ਉਹ ਸੁਣਦੇ ਨੇ ਚੱਕਵੇਂ ਚੱਕਵੇਂ, ਮੈਂ ਸੁਣਦਾ ਥੋੜ੍ਹੇ ਫੀਲ ਵਾਲੇ, ਥੋੜ੍ਹੇ ਰੋਮਾਂਟਿਕ ਜਾਂ ਸੈਡ ਸੌਂਗ, ਇੱਦਾਂ ਸੁਣਦਾ ਮੈਂ। ਇੱਕ ਗਾਣਾ ਜੋ ਰੀਸੈਂਟਲੀ ਤੁਹਾਡੇ ਮੂੰਹ 'ਤੇ ਚੜਿਆ ਹੋਇਆ? ਮੇਰਾ ਆਪਣਾ ਹੀ ਗਾਣਾ ਚੜਿਆ ਹੋਇਆ, ਏਂਜਲ ਗਾਣਾ।
ਮੈਨੂੰ ਦੋ ਕਲਾਈਨਾਂ ਸੁਣਾ ਦਿਓ। ਗਾਣਾ ਆ ਹਿੱਕ ਨਾਲ ਲੱਗ ਜਾ ਤੂੰ ਤੇ ਬਣ ਸੋਹਣੀ ਆ। ਅੱਛਾ ਫੇਵਰਟ ਗਾਣਾ ਕੋਈ ਇੱਕ ਆਰਟਿਸਟ ਦੱਸੋ ਜਿਹੜਾ ਹੁਣ ਆਪਣੇ ਵਿੱਚ ਨਹੀਂ ਹੈ ਬਟ ਤੁਸੀਂ ਉਹਨਾਂ ਨਾਲ ਕੋਲੈਬੋਰੇਸ਼ਨ ਕਰਨਾ ਚਾਹੁੰਦੇ ਸੀ। ਆਪਣੇ ਵਿੱਚ ਨਹੀਂ ਆ ਤੇ ਕੋਲੈਬੋਰੇਸ਼ਨ ਕਰਨਾ ਚਾਹੁੰਦੇ ਸੀਗੇ ਸੁਰਜੀਤ ਬਿੰਦ ਰੱਖਿਆ ਯਾਰ ਉਹਨਾਂ ਨੇ ਕਰਨਾ ਚਾਹੁੰਦਾ ਸੀ। ਕਿੱਦਾਂ ਦੀ ਫੀਲ ਦਾ ਗਾਣਾ ਸੋਚਿਆ ਹੋਇਆ ਸੀ ਉਹਨਾਂ ਨਾਲ? ਕੜਾਕੇ ਦਾ ਕਿਹੜਾ। ਜੇ ਤੁਹਾਨੂੰ ਚਾਂਸ ਮਿਲੇ ਕਿਸੇ ਸੈਲੀਬ੍ਰਿਟੀ ਨੂੰ ਡੇਟ ਕਰਨ ਦਾ, ਸ਼ੀ ਕੈਨ ਬੀ ਫਰੋਮ ਐਨੀਵੇਅਰ, ਫਰੋਮ ਅਰਾਊਂਡ, ਮੇਰੇ ਡੇਟ ਵਾਲੇ ਕੋਲ ਤਾਂ ਖੜੇ ਪਏ ਹੋਏ ਆ ਸਾਰੇ। ਅੱਛਾ ਉਹਨੂੰ ਦੱਸ ਦਿਓ ਵੀ ਜੇ ਮੌਕਾ ਮਿਲਿਆ ਜਸਟ ਇਨ ਕੇਸ ਇਹਨੂੰ ਪਤਾ ਲੱਗ ਗਿਆ ਹਵਾ ਕਰ ਜੂਗਾ। ਮੋਸਟ ਰੀਸੈਂਟ ਕ੍ਰਸ਼ ਹੀ ਦੱਸ ਦਿਓ। ਦਿਸ਼ਾ ਵੜਾਣੀ ਆਏ ਉਹਨਾਂ ਦੀ ਫਿਲਮਾਂ ਦੇਖ ਦਿਓ, ਸਾਰੀਆਂ ਫਿਲਮਾਂ ਦੇਖ ਦਿਓ। ਮੈਂ ਦੇਖਦਾ ਬਸ ਉਹਨੂੰ ਦੇਖਦਾ। ਉਹੀ ਨਾਮ ਸੀ ਜਿਹਨੂੰ ਸਟਾਕ ਕਰਦੇ ਸੀ, ਪਤਾ ਲੱਗ ਗਿਆ ਮੈਨੂੰ ਬਸ। ਠੀਕ ਹੈ। ਅੱਛਾ ਤੁਸੀਂ ਸੌਂਗ ਰਾਈਟਰ ਤਾਂ ਬਾ ਕਮਾਲ ਹੋ, ਬਹੁਤ ਘੈਂਟ ਗੀਤ ਲਿਖਦੇ ਹੋ, ਸ਼ਾਇਰੀ ਵੀ ਕਰ ਲੈਂਦੇ ਹੋ? ਕਰ ਲਈ ਦੀ ਆ, ਖਾਧੀ ਪੀਤੀ ਹੋ ਜਾਣਾ। ਯਾਰ ਮੈਂ ਵੀ ਤੁਹਾਨੂੰ ਕਾਫੀ ਪਿਆਈ ਹੈ ਤਾਂ ਇਸੇ ਗੱਲ 'ਤੇ ਸੁਰੀਲ ਲਈ ਇੱਕ ਛੋਟੀ ਜਿਹੀ ਕੋਈ ਸ਼ਾਇਰੀ ਹੋ ਜਾਵੇ, ਡਿਜ਼ਰਵ ਕਰਦੀ ਹੈ ਯਾਰ ਇੰਨਾ ਕੰਮ। ਮੈਂ ਇੱਕ ਟਾਈਮ ਲਿਖ ਸਕਦਾ, ਟਾਈਮ ਚਾਹੀਦਾ ਹੁੰਦਾ ਸ਼ਾਇਰੀ ਸ਼ੁਰੂ ਨਹੀਂ ਲਿਖਣ ਲਈ। ਉਹਦੇ ਲਈ ਦੋ ਕਲਾਈਨਾਂ ਬੋਲ ਦਿਓ ਕੋਈ। ਕਮਲਾ ਕਰਕੇ ਛੱਡੂ ਗਾਣੇ ਤੇਰਾ ਰੰਗ ਸਾਂਵਲਾ, ਬਸ ਇੰਨਾ ਹੀ ਆ। ਡੁੱਲ ਡੁੱਲ ਪੈਂਦੀ ਸਾਦਗੀ ਉੱਤੋਂ ਨੈਣ ਨਹੀਂ ਘੱਟ ਕਿਸੇ ਅਸਲੇ ਤੋਂ। ਅੱਗੇ ਨਹੀਂ ਭੁੱਲ ਗਿਆ ਯਾਰ ਮੈਂ, ਚਲੋ ਮੈਮਰੀ ਬਹੁਤ ਘੱਟ ਆ ਮੇਰੀ। ਕੋਈ ਨਹੀਂ, ਇਹ ਅੱਗੇ ਅੱਗੇ ਦੀ ਮੈਂ ਪੂਰੀ ਕਰਕੇ ਤੁਹਾਨੂੰ ਭੇਜ ਦੂੰਗੀ ਇੰਸਟਾਗ੍ਰਾਮ 'ਤੇ ਜਦ ਤੁਸੀਂ ਮੈਨੂੰ ਫੋਲੋ ਬੈਕ ਕਰ ਲਓਗੇ। ਅੱਛਾ ਅੱਛਾ, ਦੈਟਸ ਇਟ, ਥੈਂਕ ਯੂ ਸੋ ਮੱਚ। ਠੀਕ ਹੈ ਜੀ, ਥੈਂਕ ਯੂ ਸੋ ਮੱਚ। ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਵੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।